ਜੇ ਸਾਡੇ 1000 ਬੰਦਾ ਹੀ ਫੱਟੜ ਹੋ ਗਿਆ ਸਾਨੂੰ ਕੋਈ ਪਰਵਾਹ ਨਹੀਂ ਹੈਗਾ, ਬੀਬੀਆਂ ਵੀ ਹੋ ਜਾਣ ਫੱਟੜ ਸਾਨੂੰ ਕੋਈ ਵਨ, ਪਰ ਉਹਨੂੰ ਨਹੀਂ ਛੱਡਣਾ, ਟੱਪ ਜਾਣਾ, ਅਸੀਂ ਨਹੀਂ ਦੇਖਣਾ ਅੱਗੇ ਪਿੱਛੇ ਕੋਈ। ਸਾਡੇ ਆਗੂ ਨਹੀਂ ਕਹਿੰਦੇ ਵੀ ਟੱਪਣਾ ਵੈਸੇ ਅਗਲੇ ਅਸੀਂ ਬੈਠੇ ਹਾਂ, ਅਨੀ ਇਹ ਕਹਿੰਦੇ ਸਾਡੇ ਮੂਹਰੇ ਕਹਿ ਚੀਜ਼ ਆ, ਸਰਕਾਰ ਨੂੰ ਫਿੱਟੇ ਮੂੰਹ ਕਹਿਣਾ ਸਾਡਾ, ਹੋਰ ਕੇ ਕਹਿਣਾ, ਲਾਲ ਤਾਂ ਪਾਨੇ ਉਹਨੂੰ, ਹੋਰੇ ਤੇ ਉੱਪਰ ਕੇ ਕਹਿ ਸਕਦੇ ਹਾਂ ਸ਼ਾਬਾਸ਼ ਦੇਣ ਤੇ ਉਹਨੂੰ ਗਏ ਹੋਣ, ਉਹਨੂੰ ਤਾਂ ਉਹਦੀ ਮਾਂ ਮਰ ਗਈ, ਅੱਜ ਤਾਂ ਉਹਨੂੰ ਵੀ ਕਹਿੰਦੇ ਤੈਨੇ ਜੰਮਿਆ ਕੇ ਤਾਂ ਇਹ ਸਾਡੇ ਜੰਮੇ ਹੋਏ ਖੜੇ ਆ ਜਿਹੜੇ ਉਰੇ, ਇਹ ਬੰਦੇ ਨੇ ਉਹ ਬੰਦਾ ਨਹੀਂ ਹੈਗਾ, ਉਹ ਤਾਂ ਲੂਕਾ ਬੈਠਿਆ ਕਿਤੇ ਕੋਠੜੀ ਮਾਂ, ਹਿੰਮਤ ਹੋਵੇ ਤਾਂ ਆ ਕੇ ਦਿਖਾਵੇ, ਇੱਕੇ ਮਾਨ ਨਹੀਂ ਹੈਗੀ ਉਰੇ ਵੀ। ਹੁਣ ਮੀਟਿੰਗਾਂ ਨਹੀਂ ਚੱਲਣਗੀਆਂ, ਹੁਣ ਲਿਖਤੀ ਰੂਪ ਲੈਵਾਂਗੇ, ਨਹੀਂ ਆਉਂਦੇ ਨਹੀਂ ਚਾਹੇ ਤੈਨੂੰ 2 ਸਾਲ ਲੱਗ ਜਾਣ, ਪਹਿਲਾਂ 1 ਸਾਲ ਲੱਗੇ ਹੁਣ ਤੇ 2 ਸਾਲ ਲੱਗ ਜਾਣ, ਇਹ ਮੀਟਿੰਗਾਂ ਕਰੀ ਜਾਂਦਾ ਵੀ ਮੇਰਾ ਥੋੜਾ ਟਾਈਮ ਰਹਿ ਗਿਆ ਵੀ ਮੇਰਾ ਟਾਈਮ ਲੰਘ ਜਾਏ, ਇਹ ਤਾਂ ਟਾਈਮ ਲੰਘਣ ਨਹੀਂ ਦੇਣਾ, ਇਹਨੂੰ ਰੋਕਣਾ ਕੀ ਉਹਦਾ, ਕਰਿਆ ਤਾਂ ਬਦਲਾ ਕਰਿਆ ਤਾਂ ਉਹਨੇ ਗਲਤ ਬਦਲ ਦਿਆ, ਚੁਟਕਲਿਆਂ ਤੋਂ ਹੀ ਮਤਲਬ ਤੁਹਾਨੂੰ ਹੋਰ ਕੁਛ ਨਹੀਂ ਆਉਂਦਾ, ਉਹਨੂੰ ਚੁਟਕਲੇ ਆਉਂਦੇ ਨੇ। ਸਰਕਾਰਾਂ ਚਮਚਾਗਿਰੀ ਜ਼ਿਆਦਾ ਕਰਦੀਆਂ ਨੇ, ਕੋਈ ਅਡਾਨੀਆਂ ਦਾ ਕਰਦਾ, ਮਾਨੀਆਂ ਦਾ ਕਰਦਾ, ਇਹ ਵੀ ਕਿਸੇ ਤੇ ਚਮਚਾਗਿਰੀ ਕਰ ਰਿਹਾ ਤਾਂ ਹੀ ਸਾਡੇ ਗੱਲ ਨਹੀਂ ਆਉਂਦਾ। ਸ਼ੰਭੂ ਬਾਰਡਰ ਦੇ ਉੱਤੇ ਖੜੇ ਹਾਂ, ਸਾਡੇ ਪਿੱਛੇ ਬਿਲਕੁਲ ਬੈਰੀਗੇਟ ਲੱਗੇ ਹੋਏ ਨੇ, ਪੁਲਿਸ ਖੜੀ ਹੈ ਤੇ ਹੁਣ ਸਾਡੇ ਨਾਲ ਕੁਝ ਕਿਸਾਨ ਬੀਬੀਆਂ ਨੇ, ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ। ਕਿੰਨਾ ਟਾਈਮ ਹੋ ਗਿਆ ਜੀ ਇੱਥੇ ਖੜੇ ਹੋ? ਅਸੀਂ ਅੱਜ ਤੱਕ ਸਵੇਰ ਦੇ ਆਏ ਹਾਂ। ਹੁਣ ਕੀ ਸਥਿਤੀ ਹੈ ਇੱਧਰ? ਅਸੀਂ ਬੈਠੇ ਤਾਂ ਟਰੈਲੀਆਂ ਵਾਂ, ਪਿੱਛੇ ਟਰੈਲੀ ਬਹੁਤ ਖੜੀਆਂ ਸਾਡੀਆਂ ਬੀਬੀਆਂ ਦੀਆਂ, 1000 ਬੀਬੀ ਆਈ ਵੀ ਆ, ਅਸੀਂ ਉਰੇ ਵੈਸੇ ਬੱਚਿਆਂ ਨੂੰ ਦਿਖਾਉਣ ਵਾਸਤੇ ਆ ਗਏ ਤੇ, ਹਾਂ ਰੋਜ਼ ਆਨੇ ਆ, ਰੋਜ਼ ਆਨੇ ਉਰੇ। ਹੁਣ ਕੀ ਲੱਗਦਾ ਵੀ ਕਿਸਾਨ 11 ਵਜੇ ਕੱਲ ਨੂੰ ਉਰੇ ਟੱਪ ਜਾਣਾ? ਅਸੀਂ ਨਹੀਂ ਦੇਖਣਾ ਅੱਗੇ ਪਿੱਛੇ ਕੋਈ ਵੀ, 11 ਵਜੇ ਤੀਜੀ ਤੁਹਾਨੂੰ ਕਾਨੂੰਨ ਕਰ ਵੀ ਕੋਈ ਚੀਜ਼ ਹੁੰਦੀ, ਅਸੀਂ ਕਾਨੂੰਨ ਸਾਡੇ ਆਪਣੇ ਬੰਦਿਆਂ ਦੇ ਰੋਕੇ ਵੇ ਆ ਵੀ ਆਪਣਾ ਉਹਦੇ ਕਰਕੇ ਰਹਿਦੇ ਮੈਂ ਰਹਿਣਾ ਚਾਹੀਦਾ ਵੀ ਕਿਸੇ ਦਾ ਨੁਕਸਾਨ ਨਾ ਹੋਵੇ। ਹੁਣ ਜੋ ਕਿ ਸਾਨੂੰ ਸਾਡੇ ਆਗੂ ਨਹੀਂ ਕਹਿੰਦੇ ਵੀ ਟੱਪਣਾ ਵੈਸੇ ਹੋ ਗਏ, ਅਸੀਂ ਬੈਠੇ ਹਾਂ, ਅਨੀ ਇਹ ਕਹਿੰਦੇ ਸਾਡੇ ਮੂਹਰੇ ਕਹਿ ਚੀਜ਼ ਆ, ਸਰਕਾਰ ਨੂੰ ਕੀ ਕਹਿਣਾ? ਸਰਕਾਰ ਨੂੰ ਫਿੱਟੇ ਮੂੰਹ ਕਹਿਣਾ ਸਾਡਾ, ਹੋਰ ਕੇ ਕਹਿਣਾ, ਲਾਲ ਤਾਂ ਪਾਨੇ ਉਹਨੂੰ, ਹੋਰੇ ਤੇ ਉੱਪਰ ਕੇ ਕਹਿ ਸਕਦੇ ਹਾਂ ਸ਼ਾਬਾਸ਼ ਦੇਣ ਤੇ ਤਾਂ ਉਹਨੂੰ ਗਏ ਹੋਣ, ਉਹਨੂੰ ਤਾਂ ਉਹਦੀ ਮਾਂ ਮਰ ਗਈ, ਅੱਜ ਤਾਂ ਉਹਨੂੰ ਵੀ ਕਹਿੰਦੇ ਤੈਨੇ ਜੰਮਿਆ ਕੇ ਤਾਂ ਇਹ ਸਾਡੇ ਜੰਮੇ ਹੋਏ ਖੜੇ ਆ ਜਿਹੜੇ ਉਰੇ, ਇਹ ਬੰਦੇ ਨੇ ਉਹ ਬੰਦਾ ਨਹੀਂ ਹੈਗਾ, ਉਹ ਤਾਂ ਲੂਕਾ ਬੈਠਿਆ ਕਿਤੇ ਕੋਠੜੀ ਮਾਂ, ਹਿੰਮਤ ਹੋਵੇ ਤਾਂ ਆ ਕੇ ਦਿਖਾਵੇ, ਇੱਕੇ ਮਾਨ ਨਹੀਂ ਹੈਗੀ ਉਰੇ ਬੀਬੀ। ਪਹਿਲਾਂ ਵੀ ਆਪਾਂ 13 ਮਹੀਨੇ ਬੈਠ ਕੇ ਆਏ ਹਾਂ ਦਿੱਲੀ ਦੇ ਅਬਰੋਹਾਂ ਦੇ ਉੱਤੇ ਤੇ ਸਿਰਫ ਮੀਟਿੰਗਾਂ ਕਰਕੇ ਹੀ ਉਠਾ ਦਿੱਤਾ ਗਿਆ ਸੀ ਧਰਨਾ, ਕੁਝ ਲਾਗੂ ਨਹੀਂ ਸੀ ਕੀਤਾ ਗਿਆ, ਹੁਣ ਦੁਬਾਰਾ ਉਹੀ ਧਰਨਾ ਲੱਗ ਚੁੱਕਿਆ। ਹੁਣ ਮੀਟਿੰਗਾਂ ਨਹੀਂ ਚੱਲਣਗੀਆਂ, ਹੁਣ ਲਿਖਤੀ ਰੂਪ ਲੈਵਾਂਗੇ, ਨਹੀਂ ਆਉਂਦੇ ਨਹੀਂ ਚਾਹੇ ਤੈਨੂੰ 2 ਸਾਲ ਲੱਗ ਜਾਣ, ਪਹਿਲਾਂ 1 ਸਾਲ ਲੱਗੇ ਹੁਣ ਤੇ 2 ਸਾਲ ਲੱਗ ਜਾਣ, ਹੁਣ ਅਸੀਂ ਰੁਕਣ ਵਾਲੇ ਨਹੀਂ, ਹੁਣ ਲਿਖਤੀ ਰੂਪ ਲੈ ਕੇ ਆਵਾਂਗੇ, ਲਿਖਤੀ ਰੂਪ ਲਵਾਂਗੇ ਹੁਣ ਅਸੀਂ ਇਹਦੇ, ਕਿਉਂਕਿ ਹੁਣ ਵੀ 2-3 ਮੀਟਿੰਗਾਂ ਹੋ ਚੁੱਕੀਆਂ ਤੇ ਫੇਰ ਵੀ ਇਹ ਮੀਟਿੰਗਾਂ ਕਰੀ ਜਾਂਦਾ ਵੀ ਮੇਰਾ ਥੋੜਾ ਟਾਈਮ ਰਹਿ ਗਿਆ ਵੀ ਮੇਰਾ ਟਾਈਮ ਲੰਘ ਜਾਏ, ਇਹ ਤਾਂ ਟਾਈਮ ਲੰਘਣ ਨਹੀਂ ਦੇਣਾ, ਇਹਨੂੰ ਰੋਕਣਾ ਇੱਥੇ ਉਹਦਾ, ਟਾਈਮ ਲੰਘ ਗਿਆ ਤਾਂ ਫੇਰ ਵੀ ਤਾਂ ਆਏਗਾ ਬੱਚੇ ਆਈ, ਛੱਡਣਾ ਨਹੀਂ ਹੈਗਾ। ਹੁਣ ਕਿਸਾਨ ਆਗੂਆਂ ਦਾ ਕਹਿਣਾ ਅਸੀਂ ਸ਼ਾਂਤਮਈ ਨਾਲ ਲੰਘਣਾ ਚਾਹੁੰਦੇ ਹਾਂ ਤੇ ਬੈਰੀਅਰ ਚੱਕੀ, ਸ਼ਾਂਤੀ ਕਰਕੇ ਬੈਠੇ ਹਾਂ, ਜੇ ਸ਼ਾਂਤੀ ਨਾ ਹੁੰਦੀ ਹੁਣ ਤਾਂ ਬਹੁਤ ਕੁਝ ਹੋ ਜਾਂਦਾ ਉਰੇ, ਜੇ ਸਾਡੇ 1000 ਬੰਦਾ ਹੀ ਫੱਟੜ ਹੋ ਗਿਆ ਸਾਨੂੰ ਕੋਈ ਪਰਵਾਹ ਨਹੀਂ ਹੈਗਾ, ਬੀਬੀਆਂ ਵੀ ਹੋ ਜਾਣ ਫੱਟੜ ਸਾਨੂੰ ਕੋਈ ਵਨ, ਪਰ ਉਹਨੂੰ ਨਹੀਂ ਛੱਡਣਾ। ਹੁਣ ਆਪਾਂ ਪੰਜਾਬ ਦੇ ਹੱਦ ਤੇ ਬੈਠੇ ਹਾਂ ਤੇ ਸਾਹਮਣੇ ਬੈਰੀਗੇਟ ਲੱਗੇ ਹੋਏ ਨੇ, ਉਹ ਵੀ ਪੰਜਾਬ ਦੀ ਹੱਦ ਦੇ ਵਿੱਚ ਹੀ ਲੱਗੇ ਹੋਏ ਨੇ, ਪੰਜਾਬ ਸਰਕਾਰ ਨੂੰ ਕੀ ਕਹਿਣਾ? ਕਿਉਂਕਿ ਉਸੇ ਗੱਲ ਤੇ ਫਿੱਟੇ ਮੂੰਹ ਕਹਿ ਰਿਹਾ ਵੀ ਫਿੱਟੇ ਮੂੰਹ ਤੂੰ ਆਪਣੀ ਹੱਦ ਮਾਰ ਵੀ ਸਾਡੀ ਹੱਦ ਮਾਂ ਨਾ, ਅਸੀਂ ਤਾਂ ਸਾਡੇ ਠੰਡੇ ਜਿਗਰੇ ਦੇਖ ਅਸੀਂ ਆਪਣੇ ਹੱਦ ਮਾਂ ਬੈਠਿਆ ਬਿਠਾ ਰਕੇ ਤੈਨੂੰ, ਜੇ ਹੁਣ ਤਾਂ ਅਸੀਂ ਬਹੁਤ ਕੁਝ ਕਰ ਦਿੰਦੇ ਫਿਰ ਅਸੀਂ ਚਾਹੁੰਦੇ ਨਹੀਂ ਵੀ ਕਿਸੇ ਦਾ ਨੁਕਸਾਨ ਹੋਵੇ, ਅਸੀਂ ਸ਼ਾਂਤੀ ਚਾਹੁੰਦੇ ਹਾਂ, ਸ਼ਾਂਤੀ ਉਹ ਚੱਲੂ ਕੀ ਗੱਲ ਮਰਿਆਦ, ਕਿਉਂਕਿ ਪੰਜਾਬ ਦੀ ਹੱਦ ਦੇ ਵਿੱਚ ਪਹਿਲਾਂ ਫਾਇਰਿੰਗ ਵੀ ਹੋਈ ਹੈ, ਅਥਰੂ ਗੈਸ ਦੇ ਗੋਲੇ ਵੀ ਸੁੱਟੇ ਗਏ ਨੇ ਪੰਜਾਬ ਦੀ ਹੱਦ ਦੇ ਵਿੱਚ ਸੁੱਟੇ ਗਏ ਨੇ, ਜੱਜ ਨੇ ਵੀ ਲਾਂਤਾ ਪਾਤੀਆਂ, ਉਹਨੇ ਵਕੀਲਾਂ ਨੇ ਵੀ ਪਾਤੀਆਂ, ਸਾਰੇ ਆਪਣੇ ਗੈਲ ਨੇ ਵੀ ਇਹ ਗਲਤ ਕਰ ਰਿਹਾ, ਗਲਤ ਨੂੰ ਗਲਤ ਕਹੂਗਾ ਸਾਨੂੰ ਕੋਈ ਗਲਤ ਨਹੀਂ ਕਹਿ ਸਕਦਾ, ਅਸੀਂ ਫਿਰ ਵੀ ਬਰਦਾਸ਼ਤ ਕਰ ਰਹੇ ਹਾਂ, ਬਰਦਾਸ਼ਤ ਕਰਦੇ ਕਰ ਰਹੇ ਹਾਂ, ਮੁੰਡੇ ਬੈਠੇ ਜਿਹੜੇ ਫੌਜ ਮਾਂ ਵੀ ਸਾਡੇ ਹੋਣੇ, ਇਹਨਾਂ ਕਰਕੇ ਕਰ ਰਹੇ ਹਾਂ ਵੀ ਇਹ ਵੀ ਮਜਬੂਰ ਨੇ, ਬੰਨੇ ਹੋਏ ਆ ਵਿਚਾਰੇ ਵੀ, ਚਲੋ ਕੋਈ ਬਾਤ ਨਹੀਂ ਅੱਜ ਨਹੀਂ ਕੱਲ ਨੂੰ, ਹੁਣ ਕੱਲ ਦਾ ਦਿਨ ਇਹਨਾਂ ਦਾ ਆਖਰੀ ਦਿਨ ਹੋ। ਪੰਜਾਬ ਸਰਕਾਰ ਨੂੰ ਕੀ ਕਹਿਣਾ ਜੀ? ਪੰਜਾਬ ਸਰਕਾਰ ਪਹਿਲਾਂ ਕਹਿੰਦੀ ਸੀ ਅਸੀਂ ਸਰਕਾਰ ਵੀ ਬੇਕਾਰ ਨਿਕਲੀ, ਉਹ ਵੀ ਕੁਝ ਨਹੀਂ ਕਰ ਸਕਦਾ, ਕਰਿਆ ਤਾਂ ਬਦਲਾ ਕਰਿਆ ਤਾਂ ਉਹਨੇ ਗਲਤ ਬਦਲ ਦਿਆ, ਕੁਝ ਪਿਛਲੇ ਧਰਨੇ ਦੇ ਵਿੱਚ ਪੰਜਾਬ ਸਰਕਾਰ ਚੁਟਕਲਿਆਂ ਤੋਂ ਹੀ ਮਤਲਬ ਤੁਹਾਨੂੰ ਹੋਰ ਕੁਝ ਨਹੀਂ ਆਉਂਦਾ, ਉਹਨੂੰ ਚੁਟਕਲੇ ਆਉਂਦੇ ਨੇ, ਪਹਿਲਾਂ ਜਿਹੜਾ ਆਪਾਂ 13 ਮਹੀਨੇ ਬੈਠ ਕੇ ਆਏ ਹਾਂ ਉਦੋਂ ਭਗਵੰਤ ਮਾਨ ਆਪ ਆ ਕੇ ਵਿੱਚ ਬੈਠਦਾ ਸੀਗਾ।
ਫਿਰ ਉਹ ਸਰਕਾਰਾਂ ਦੇ ਚਮਚੇ ਹੀ ਜਿਹੜੇ ਇਹਨੂੰ ਕਹਿੰਦੇ ਨੇ, ਇਹਨੂੰ ਕਹਿੰਦੇ ਸਰਕਾਰ ਲੱਗਦਾ ਵੀ ਉਹ ਵੀ ਸਰਕਾਰ ਨਾਲ ਹੀ ਰਲ ਗਿਆ। ਸਰਕਾਰਾਂ ਚਮਚੇਗਿਰੀ ਜ਼ਿਆਦਾ ਕਰਦੀਆਂ ਨੇ, ਕੋਈ ਅਡਾਨੀਆਂ ਦਾ ਕਰਦਾ, ਮਾਨੀਆਂ ਦਾ ਕਰਦਾ, ਇਹ ਵੀ ਕਿਸੇ ਤੇ ਚਮਚਾਗਿਰੀ ਕਰ ਰਿਹਾ ਤਾਂ ਹੀ ਸਾਡੇ ਗੈਲੀਆਂ ਦਾ। ਹਸਪਤਾਲਾਂ ਵਾਂ ਜਾਂਦਾ ਹੀ ਪੁੱਛਣ ਉਰੇ ਆ ਕੇ ਦਿਖਾਵੇ ਨਾ, ਹਸਪਤਾਲਾਂ ਵਾਂ ਤਾਂ ਡਾਕਟਰ ਹੈਗੇ ਨੇ, ਉਹਦੇ ਉੱਤੇ ਕੇ ਪੁੱਛਣਾ, ਰੇਕ ਨੂੰ ਜਾ ਰਿਹਾ ਬੱਚੇ ਨੂੰ ਪੁੱਛਣਾ, ਮੁੰਡੇ ਦੀ ਅੱਖ ਗਈ ਉੱਥੇ ਫਿਰ ਹੱਥ ਪੈਰ ਉਰੇ ਆ ਕੇ ਦਿਖਾਵੇ ਇੱਕ ਵਾਰੀ, ਫੇਰ ਪਤਾ ਲੱਗਦਾ ਵੀ ਹਾਂ ਸਰਕਾਰ ਹੈਗੀ ਆ। ਕਿਸਾਨ ਦਾ ਬੱਚਾ ਆ, ਹੁਣ ਕਿਸਾਨ ਦਾ ਬੱਚਾ ਨਹੀਂ ਹੈਗਾ, ਤਾਂ ਸਹੀ ਕਿਸਾਨਾਂ ਨੂੰ ਦੇਖਦਾ ਆ ਕੇ ਵੀ ਮੈਂ ਕਿਸਾਨ ਦਾ ਬੱਚਾ ਹਾਂ। ਉਹ ਗੱਲਾਂ ਹੁਣ ਹੁਣ ਤਿੰਨ ਫੈਸਲਾਂ ਦੇ ਉੱਤੇ ਐਮਐਸਪੀ ਦੇਣ ਦਾ ਮਤਲਬ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਸੀ, ਪਰ ਲਿਖਤੀ ਰੂਪ ਕੋਈ ਨਹੀਂ ਦਿੱਤਾ ਗਿਆ, ਹੁਣ ਕੀ ਲੱਗਦਾ ਵੀ ਅੱਗੇ ਸਰਕਾਰ ਹੱਕ ਦੇ ਵਿੱਚ ਆਊਗੀ? ਉਹ ਬਣਾਉਣਾ ਚਾਹੁੰਦਾ ਤਿੰਨਾਂ ਦਾ ਕੋਈ ਉਹ ਕਰੇ ਤਾਂ ਸਾਰੀ ਜਿੰਨੀ ਫਸਲਾਂ ਨੇ ਸਾਰੀਆਂ ਫਸਲਾਂ ਨੂੰ ਐਮਐਸਪੀ ਦੇਵੇ, ਸਾਰੀਆਂ ਦਊਗਾ ਤਾਂ ਠੀਕ ਆ, ਨਹੀਂ ਅਸੀਂ ਸਾਡੇ ਰੱਦ ਨੇ, ਸਾਨੂੰ ਅਸੀਂ ਨਹੀਂ ਮੰਨਦੇ ਉਹਦੀ ਜਿਹੜੀ ਚੀਜ਼ਾਂ ਦਿੰਦਾ, ਉਹਦੇ ਸਾਨੂੰ ਕੋਈ ਨਹੀਂ, ਸਾਨੂੰ ਤਾਂ ਸਾਰੀ ਚੀਜ਼ਾਂ ਦਾ ਲਿਖਤੀ ਰੂਪ ਚਾਹੀਦਾ, ਅਸੀਂ ਸਾਡਾ ਫੈਸਲਾ ਨਹੀਂ ਮੰਨਦੇ।